ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਆ ਤੁਹਾਡਾ ਸਾਰਿਆਂ ਦਾ ਪੇਂਡੂ ਜ਼ਿਮੀਂਦਾਰ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਤੁਹਾਨੂੰ ਮੱਝੂ ਕੇ ਬਲੱਡ ਲਾਈਨ ਦੀ ਇੱਕ ਰੰਗੀ ਨੀਲੀ ਘੋੜੀ ਦਿਖਾਉਣੀ ਆ, ਜਿਹਦੇ ਮਾਂਗਰ ਬਛੇਰਾ। ਘੋੜੀ ਦੁਬਾਰੇ ਵੀ ਮੇਟ ਹੋਈ ਵੀ ਆ। ਘੋੜੀ ਬਣਤਰਾਂ ਦੀ ਬੜੀ ਚੰਗੀ ਆ, ਕੱਦ ਕਾਠ ਬਹੁਤ ਆ ਇੱਕ ਤਾਂ ਘੋੜੀ ਦਾ, ਬੈੱਡ ਬਾਡੀ ਦੀ ਬੜੀ ਖੁੱਲ੍ਹੀ ਆ, ਪੇਟਲ ਘੋੜੀ ਆ, ਲੈਂਥ ਬੜੀ ਆ, ਧੌਣ ਧੂਣ ਬੜੀ ਲੰਮੀ ਆ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਪਾਸਿਓਂ ਕੋਈ ਘਾਟ ਨਹੀਂ ਘੋੜੀ 'ਚ। ਆਹਾ ਬਛੇਰਾ ਦੋਸਤੋ, ਇਹਦੇ ਮਾਂਗਰ ਪੰਜ ਕਲਿਆਣਾ, ਚਾਰੇ ਪੈਰ ਚਿੱਟੇ ਆ ਬਛੇਰੇ ਦੇ, ਮੱਥੇ 'ਤੇ ਫੁੱਲ ਆ, ਮਾਰਕਾ ਬੜਾ ਸੋਹਣਾ। ਵੈਸੇ ਬਛੇਰੇ ਦੀਆਂ ਬਣਤਰਾਂ ਵੀ ਬੜੀਆਂ ਚੰਗੀਆਂ ਨੇ। ਕਿਹੜੇ ਘੋੜੇ ਦੀ ਇਹ ਆਪ ਆ, ਬਛੇਰਾ ਕਿਹੜੇ ਘੋੜੇ ਦਾ, ਦੁਬਾਰੇ ਕਿਹੜੇ ਘੋੜੇ ਤੋਂ ਇਹ ਮੇਟ ਹੋਈ ਵੀ ਆ, ਸਾਰੀ ਗੱਲਬਾਤ ਤੁਹਾਨੂੰ ਕਲੀਅਰ ਹੋ ਜਾਣੀ ਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਹੁਣ ਨਿਗਾਹ ਮਾਰੋ ਘੋੜੀ 'ਚ ਤੁਸੀਂ। ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ, ਧੌਣ ਬੜੀ ਲੰਮੀ ਆ, ਘੋੜੀ ਦੀ ਤੁਸੀਂ ਬੇਲ ਦੇਖੋ ਲੈਂਥ ਕਿੰਨੀ ਜ਼ਿਆਦਾ ਆ, ਤਾਂ ਹੀ ਕਰਕੇ ਤਾਂ ਇਹ ਚੰਗੇ ਬੱਚੇ ਦਿੰਦੀ ਆ। ਉਮਰ ਆ ਜਿਹੜੀ ਘੋੜੀ ਦੀ 6 ਸਾਲ ਆ, ਅਤੇ ਕੱਦ ਦਾ ਫੱਟੀ ਵਾਲਾ 63 ਇੰਚ ਆ। ਜੋ ਤੁਸੀਂ ਜਾ ਕੇ ਹਾਈਟ ਮਿਣੋਗੇ ਨਾ, ਜਾਂ ਤਾਂ ਘੋੜੀ 63 ਤੋਂ ਉੱਪਰ ਨਿਕਲੂਗੀ ਜਾਂ ਪ੍ਰੋਪਰ 63 ਨਿਕਲੂ ਕੱਦ, ਇਸ ਚੀਜ਼ ਦੀ ਫੁੱਲ ਜ਼ਿੰਮੇਵਾਰੀ ਆ। ਮੈਂ ਖੁਦ ਆਪ ਹਾਈਟ ਮਿਣੀ ਆ ਇਹਦੀ, ਅਤੇ ਆ ਖੜਨੀ ਕਰਨੀ ਵੀ ਦੇਖੋ ਤੁਸੀਂ, ਘੋੜੀ ਦੀ ਬਹੁਤ ਚੰਗੀ ਆ, ਸ਼ੋਅ ਬੜਾ ਕਰਦੀ ਆ ਘੋੜੀ ਆਪਦੇ ਆਪ ਨੂੰ, ਕਿਸੇ ਪਾਸਿਓਂ ਘੋੜੀ ਹੱਥ ਨਹੀਂ ਧਰਾਉਂਦੀ। ਆ ਇਹਦੀ ਆਪਾਂ ਸਾਈਡ 'ਤੇ ਨਾ ਮਾਂ ਦੀ ਫੋਟੋ ਲਾਤੀ, ਇਹਦੀ ਮਾਂ ਸ਼ੋਅ ਵਿਨਰ ਘੋੜੀ ਆ ਦੋਸਤੋ, 3-4 ਸ਼ੋਅ ਜਿੱਤੇ ਵਿਆ ਉਹਨੇ, ਅਤੇ ਬਾਈ ਹੋਰਾਂ ਦੇ ਘਰ ਦੀ ਪੁਰਾਣੀ ਘੋੜੀ ਸੀ। ਬਛੇਰੀ ਦਾ ਜਨਮ ਵੀ ਬਾਈ ਹੋਰਾਂ ਦੇ ਘਰ ਹੀ ਹੋਇਆ ਇਹਦਾ, ਘੋੜੀ ਦਾ। ਸੋ ਦੁਬਾਰੇ ਇਹ ਬਲਵਾਨ ਨਾਮ ਦੇ ਘੋੜੇ ਤੋਂ ਮੇਟ ਹੋਈ ਵੀ ਆ, ਰਤਨਾਕਰ ਲਾਈਨ ਦਾ ਘੋੜਾ ਦੋਸਤੋ, ਨਾਭੇ ਵਾਲੀ ਸਾਈਡ, ਬਾਈ ਕੁਲਦੀਪ ਦਿਓਲ ਦੇ ਕੋਲੇ। ਆਹ ਸਾਈਡ 'ਤੇ ਆਪਾਂ ਘੋੜੇ ਦੀ ਫੋਟੋ ਲਾਤੀ, ਇਹ ਤੋਂ ਮੇਟ ਹੋਈ ਵੀ ਆ ਇਹ ਮਹੀਨਾ ਪਹਿਲਾਂ। ਚੈੱਕ ਪਾਸ ਦਾ ਤੁਹਾਡੇ ਨਾਲ ਸੌਦਾ ਹੋਊਗਾ, ਬਾਈ ਨੇ ਹਾਲੇ ਘੋੜੀ ਚੈੱਕ ਨਹੀਂ ਕਰਾਈ, ਤੁਸੀਂ ਗੱਬਣ ਚੈੱਕ ਪਾਸ ਕਰਾ ਕੇ ਘੋੜੀ ਖਰੀਦ ਸਕਦੇ ਹੋ ਦੋਸਤੋ। ਅਤੇ ਹੁਣ ਆਪਾਂ ਗੱਲਬਾਤ ਤੁਹਾਨੂੰ ਬਛੇਰੇ ਬਾਰੇ ਦੱਸਦੇ ਹਾਂ। ਕਾਲੇ ਅਲੀਸ਼ਾਨ ਬਲੱਡ ਲਾਈਨ ਦੇ ਵਿੱਚੋਂ ਇਹ ਬਛੇਰਾ ਦੋਸਤੋ, ਕਾਲੇ ਕਾਂਟੇ ਦਾ ਅੱਗੇ ਬੱਚਾ ਹੋਇਆ ਠਾਕੁਰ ਨਾਮ ਦਾ ਘੋੜਾ, ਅਤੇ ਠਾਕੁਰ ਦਾ ਅੱਗੇ ਬੱਚਾ ਹੋਇਆ ਗਾ ਬਾਦਲ, ਜਿਹੜਾ ਬਾਈ ਪਿਆਰੇ ਕੌਂਕਿਆਂ ਵਾਲੇ ਦੇ ਕੋਲ ਹੁੰਦਾ ਸੀ ਘੋੜਾ। ਆਹ ਸਾਈਡ 'ਤੇ ਆਪਾਂ ਘੋੜੇ ਦੀ ਫੋਟੋ ਲਾਤੀ, ਘੋੜਾ ਬਾਈ ਪਿਆਰੇ ਨੇ ਸੇਲ ਕਰਤਾ ਸੀਗਾ, ਉਦੋਂ ਇਹਦਾ ਨਾਮ ਬਾਦਲ ਸੀ, ਅਤੇ ਹੁਣ ਜਿਹੜੀ ਜਗ੍ਹਾ ਇਹ ਘੋੜਾ ਖੜ੍ਹਾ ਉੱਥੇ ਇਹਦਾ ਨਾਮ ਰੱਖਿਆ ਗਿਆ ਗਾ ਸੂਰਿਆਵੰਸ਼ਮ, ਸੂਰਿਆਵੰਸ਼ਮ ਉੱਥੇ ਇਹਦਾ ਨਾਂ ਗਾ। ਹੁਣ ਬਹੁਤ ਸੋਹਣੇ ਰਿਜ਼ਲਟ ਆਏ ਵੇ ਆ ਇਸ ਘੋੜੇ ਦੇ। ਸੋ ਬਛੇਰਾ ਇਹ ਬਾਦਲ ਘੋੜੇ ਦਾ ਬੱਚਾ ਹੋ ਗਿਆ, ਠਾਕੁਰ ਦਾ ਪੋਤਾ ਹੋ ਗਿਆ, ਅਤੇ ਕਾਂਟੇ ਦਾ ਪੜਪੋਤਾ ਹੋ ਗਿਆ ਦੋਸਤੋ। 16 ਮਹੀਨੇ ਬਛੇਰੇ ਦੀ ਉਮਰ ਆ, ਬਣਤਰਾਂ ਬੜੀਆਂ ਚੰਗੀਆਂ ਨੇ, ਪਿੱਠ ਪੁੜੇ ਦਾ ਚੰਗਾ ਰੰਗ ਬੜਾ ਸੋਹਣਾ ਗਾ ਬਛੇਰੇ ਦਾ, ਧੌਣ ਧੂਣ ਲੰਮੀ ਆ, ਸ਼ੋਅ ਬੜਾ ਕਰਦਾ, ਕਿਸੇ ਪਾਸਿਓਂ ਕੋਈ ਘਾਟ ਨਹੀਂ ਬਛੇਰੇ ਦੇ ਵਿੱਚ ਆ, ਤੁਸੀਂ ਦੇਖ ਸਕਦੇ ਹੋ। ਤੁਰਦਾ ਬੜਾ ਸੋਹਣਾ ਬਛੇਰਾ, ਸ਼ੋਅ ਕਰਦਾ ਆਪਦੇ ਆਪ ਨੂੰ, ਰੀਪ੍ਰਜੈਂਟ ਕਰਦਾ। ਪੈਰ ਚਾਰੇ ਇਹਦੇ ਜਮ੍ਹਾਂ ਇੱਕੋ ਬਰਾਬਰ ਤੱਕ ਚਿੱਟੇ ਆ, ਇੱਕ ਤੁਸੀਂ ਦੇਖ ਸਕਦੇ ਹੋ। ਮੂੰਹ ਮਹਾਂਦਰੇ ਦਾ ਇਹ ਵੀ ਬੜਾ ਸੋਹਣਾ ਗਾ, ਕੰਨ ਕੁੰਨ ਬੜਾ ਸ਼ਕੀਨ ਆ, ਮੱਥੇ ਫੁੱਲ ਬੜਾ ਸੋਹਣਾ ਇਹਦੇ, ਨਿਗਾਹ ਮਾਰੋ ਤੁਸੀਂ ਬਛੇਰੇ ਦੇ ਵਿੱਚ ਵੀ ਕੋਈ ਘਾਟ ਨਹੀਂ। ਘੋੜੀ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ, ਦੁਬਾਰੇ ਵੀ ਚੰਗੇ ਘੋੜੇ ਤੋਂ ਮੇਟ ਹੋਈ ਵੀ ਆ ਘੋੜੀ। ਅਤੇ ਜਿਹੜਾ ਬਛੇਰੇ ਦਾ ਰੇਟ ਆ ਦੋਸਤੋ, 3 ਲੱਖ ਰੁਪਈਆ ਬਛੇਰੇ ਦਾ ਮੁੱਲ ਕਰਦੇ ਆ ਵੀਰ ਹੋਣੀ, ਅਤੇ ਜਿਹੜਾ ਘੋੜੀ ਦਾ ਰੇਟ ਆ 5,70,000 ਰੁਪਈਆ ਘੋੜੀ ਦਾ ਮੁੱਲ ਆ, 5,70,000 ਰੁਪਈਆ ਘੋੜੀ ਦਾ ਰੇਟ ਰੱਖਿਆ ਗਿਆ ਗਾ। ਗੱਬਣ ਚੈੱਕ ਪਾਸ ਕਰਾ ਕੇ ਘੋੜੀ ਤੁਹਾਨੂੰ ਦੇਣੀ ਆ, ਅਤੇ ਪਿੰਡ ਆ ਬਾਈ ਦਾ ਨੱਥੋਵਾਲ, ਕਾਕੇ ਨੰਬਰਦਾਰ ਕੋਲ ਆ ਪਿੰਡ ਨੱਥੋਵਾਲ, ਇਹ ਦੋਨੇ ਜਾਨਵਰ ਲੁਧਿਆਣੇ ਏਰੀਏ ਦਾ ਪਿੰਡ ਆ, ਰਾਏਕੋਟ ਤੋਂ ਤਕਰੀਬਨ 12 ਕਿਲੋਮੀਟਰ ਦੂਰ ਪੈਂਦਾ ਪਿੰਡ ਇਹ। ਅਤੇ ਬਾਈ ਕਾਕੇ ਦਾ ਆਪਾਂ ਕੰਟੈਕਟ ਨੰਬਰ ਦੇਤਾ, 99-51-17-130। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਬਣਿਆ ਬਣਾਇਆ ਸੈੱਟ ਵੀ ਖਰੀਦ ਸਕਦੇ ਹੋ, ਇਕੱਲੀ ਘੋੜੀ ਜਾਂ ਇਕੱਲਾ ਬਛੇਰਾ ਵੀ ਲੈ ਸਕਦੇ ਹੋ। ਸੋ ਦੋਨਾਂ ਦਾ ਰੇਟ ਆਪਾਂ ਤੁਹਾਨੂੰ ਕਲੀਅਰ ਕਰਤਾ, 5,70,000 ਘੋੜੀ ਦਾ ਮੁੱਲ, 3 ਲੱਖ ਰੁਪਈਆ ਬਛੇਰੇ ਦਾ ਮੁੱਲ ਆ। ਕਾਲ ਕਰ ਲਿਓ ਚਾਹਵਾਨ ਸੱਜਣ।